ਇਹ ਬਲਾਸਟ ਕੋਈ ਕੋਈ ਬੰਦਾ ਅਣਹੋਣੀ ਕਰਕੇ ਗਿਆ। ਉੱਥੇ ਕੋਮਨ ਬਾਥਰੂਮ ਹੈ, ਨਾਲ ਰਿਕਾਰਡ ਰੂਮ ਹੈਗਾ ਜਿਹੜਾ ਪਬਲਿਕ ਵਾਸਤੇ ਹੈ। ਉੱਥੇ ਬਲਾਸਟ ਟਾਈਪ ਆਵਾਜ਼ ਆਈ ਸਾਨੂੰ, ਉਹ ਅਸੀਂ ਸਾਰਾ ਸੀਨ ਜਿਹੜਾ ਇਹਨੂੰ ਸਿਕਿਓਰ ਕਰ ਲਿਆ ਔਰ ਸਾਰੀ ਵੈਰੀਫਿਕੇਸ਼ਨ ਕਰ ਰਹੇ ਹਾਂ। ਇਹਦੇ 'ਚ ਇਹੀ ਪਤਾ ਲੱਗਿਆ ਵੀ ਇੱਕ ਬੰਦਾ ਜਿਹੜਾ ਉੱਥੇ ਜਿਹੜੇ ਜਿਹਦੀ ਡੈਥ ਹੋਈ ਹੈ ਔਰ ਇਹ ਦੋ ਬੰਦੇ ਇੰਜਰਡ ਹੈ, ਜੋ ਪ੍ਰੋਬਲਮ ਸਾਨੂੰ ਪਤਾ ਲੱਗਿਆ। ਬਾਕੀ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ, ਸਾਰਿਆਂ ਨੂੰ ਅਸੀਂ ਹੋਸਪਿਟਲ ਭੇਜਤਾ, ਦੇ ਆਰ ਓਕੇ। ਜੋ ਜੁਆਇੰਟ ਸੀ ਪੀ ਸਾਹਿਬ ਨੇ ਆਪ ਹੀ ਭੇਜੀ ਹੈ ਸਾਰੇ, ਤਾਂ ਇਹਦੀ ਅਸੀਂ ਬੋਂਬ ਜਿਹੜਾ ਸਕੋਡ ਹੈ ਉਹ ਆ ਰਿਹਾ ਡਿਸਪੋਜ਼ਲ, ਅਤੇ ਫੋਰੈਂਸਿਕ ਟੀਮ ਵੀ ਅਸੀਂ ਬੁਲਾਈ ਹੈ ਚੰਡੀਗੜ੍ਹ ਤੋਂ, ਉਹ ਸਾਰਾ ਆ ਕੇ ਅਸੀਂ ਤਾਂ ਕਿ ਅਜੇ ਦੇਖੋ ਕਹਿਣਾ ਬਹੁਤ ਔਖਾ ਹੈ ਕਿਉਂਕਿ ਸਾਇੰਟੀਫਿਕ ਚੀਜ਼ ਹੁੰਦੀ ਹੈ, ਸਾਰਾ ਐਗਜ਼ਾਮੀਨੇਸ਼ਨ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਕਿਹਾ ਜਾਊਗਾ। ਜਿਹੜਾ ਏਰੀਆ ਇਹ ਅਸੀਂ ਸੀਲ ਕਰਕੇ ਰੱਖਾਂਗੇ ਟਿਲ ਦੀ ਫੋਰੈਂਸਿਕ ਜਿਹੜੀ ਟੀਮ ਆ ਆਪਣੀ ਸਾਰੀ ਇਹਨੂੰ ਚੰਗੀ ਤਰ੍ਹਾਂ ਦੇਖ ਨਹੀਂ ਲੈਂਦੇ। ਸਾਰੀਆਂ ਦੀਵਾਰਾਂ ਗਿਰੀਆਂ ਛੱਤ, ਉੱਥੇ ਬੰਦੇ ਕਹਿੰਦੇ ਕੱਪੜੇ ਕੱਪੜੇ, ਮੈਂ ਕਿਹਾ ਕੱਪੜੇ ਨਹੀਂ, ਮੈਂ ਜਦੋਂ ਕੱਪੜੇ ਉਤਾਰੇ ਤਾਂ ਉੱਥੇ ਡੈਡ ਬੋਡੀ ਪਈ ਆ। ਹੁਣ ਇਹ ਨਹੀਂ ਪਤਾ, ਦੂਜੀ ਮੰਜ਼ਲ ਬਾਥਰੂਮ ਦੇ ਕੋਲ, ਬਾਥਰੂਮ ਦੇ ਵਿੱਚ, ਬਾਥਰੂਮ ਇਹ ਅੱਧੇ ਪੌਣੇ ਘੰਟੇ ਦੀ ਗੱਲ ਹੈ। ਔਰ ਸਾਰੀਆਂ ਅਦਾਲਤਾਂ ਇਹ ਬਲਾਸਟ ਕੋਈ ਬੰਦਾ ਅਣਹੋਣੀ ਕਰਕੇ ਗਿਆ। ਸਿੱਧਾ ਲੁਧਿਆਣੇ ਜਾ ਰਿਹਾ, ਮੌਕੇ ਤੇ ਜਾਇਜ਼ਾ ਲਵਾਂਗਾ। ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਿਹਾ, ਕੁਛ ਦੇਸ਼ ਵਿਰੋਧੀ ਸੂਬਾ ਵਿਰੋਧੀ ਤਾਕਤਾਂ ਵੱਲੋਂ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ, ਉਹਦੇ ਵਾਸਤੇ ਸਰਕਾਰ ਵੀ ਸੁਚੇਤ ਹੈ ਤੇ ਲੋਕਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ। ਇਹ ਜਿਹੜੀ ਬੇਅਦਬੀ ਦੇ ਕੋਸ਼ਿਸ਼ ਕੀਤੀ ਗਈ ਨਹੀਂ ਸਫਲ ਹੋਏ, ਹੁਣ ਇਹ ਬਲਾਸਟ ਕੀਤਾ ਗਿਆ। ਇਹ ਸਾਰੀਆਂ ਚੋਣਾਂ ਦੇ ਮੱਦੇਨਜ਼ਰ ਕੁਛ ਏਜੰਸੀਆਂ ਵੱਲੋਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਤੇ ਅਸੀਂ ਕਿਸੇ ਵੀ ਦੋਸ਼ੀ ਨੂੰ ਬਖਸ਼ਾਂਗੇ ਨਹੀਂ। ਇਸ ਦੀ ਫਸਟ ਇਨਫੋਰਮੇਸ਼ਨ ਮੈਂ ਮੌਕੇ 'ਤੇ ਜਾ ਕੇ ਲਵਾਂਗਾ, ਹੁਣ ਮੈਂ ਉੱਥੇ ਜਾ ਰਿਹਾ ਆ ਕੇ ਤੁਹਾਨੂੰ